ਪੇਟ ਵਿੱਚ ਗੈਸ ਬਣਨਾ ਕੋਈ ਸਮੱਸਿਆ ਨਹੀਂ, ਸਗੋਂ ਇੱਕ ਆਮ ਪ੍ਰਕਿਰਿਆ ਹੈ। ਪਰ ਕਈ ਵਾਰ ਅਨਿਯਮਤ ਜੀਵਨ ਸ਼ੈਲੀ ਜਾਂ ਗਲਤ ਖਾਣ ਪੀਣ ਕਰਕੇ ਪੇਟ ਗੈਸ ਇੱਕ ਸਮੱਸਿਆ ਬਣ ਜਾਂਦੀ ਹੈ। ਅੱਜ ਮੈਂ ਤੁਹਾਨੂੰ ਦੱਸਾਂਗੀ ਪੇਟ ਗੈਸ ਤੋਂ ਫੌਰਨ ਰਾਹਤ ਦੇਣ ਵਾਲੇ ਘਰੇਲੂ ਉਪਾਅ ਦੇ ਬਾਰੇ। ਇੱਕ ਚਮਚ ਅਜਵਾਇਣ, ਇੱਕ ਚਮਚ ਸੌਂਫ ਅਤੇ ਇੱਕ ਚਮਚ ਅਦਰਕ ਦਾ ਰਸ ਮਿਲਾ ਲਓ ਅਤੇ ਇਸ ਮਿਕਸਚਰ ਦਾ ਇੱਕ ਚਮਚ ਇੱਕ ਗਿਲਾਸ ਗਰਮ ਪਾਣੀ ਵਿੱਚ ਮਿਲਾ ਕੇ ਇਸ ਵਿੱਚ ਇੱਕ ਚੁਟਕੀ ਹਿੰਗ ਅਤੇ ਇੱਕ ਚੁਟਕੀ ਕਾਲਾ ਨਮਕ ਮਿਲਾ ਲਓ। ਇਸ ਨੂੰ ਦਿਨ ਵਿੱਚ 2 ਵਾਰ ਪੀਓ। ਕੁਝ ਦਿਨ ਇਸ ਦਾ ਇਸਤੇਮਾਲ ਕਰਨ ਨਾਲ ਪੇਟ ਗੈਸ ਦੀ ਸਮੱਸਿਆ ਤੋਂ ਬਹੁਤ ਆਰਾਮ ਮਿਲ ਜਾਵੇਗਾ। ਅਜਿਹੇ ਹੀ ਘਰੇਲੂ ਨੁਸਖਿਆਂ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ।